वाहेगुरु जी का खालसा वाहेगुरु जी की फतेह। संगत दो सवाल पूछदी हुंदी आ बाबा दीप सिंह जी महाराज दे चपहरे वास्ते। एक सवाल उन्हां दा हुंदा आ कि असी चपहरा साहब की गुरुद्वारे जाके कटिए कि घरे कटिए। दूजा उन्हां दा सवाल यह हुंदा हैगा कि असी जोत जिहड़ी आ ओह लगाउणी जरूरी हैगी आ, देसी घिओ दी जोत जिहड़ी शहीदां नूं लगदी हैगी आ। हुण संगत जी ਇਦਾਂ ਹੈਗਾ ਆ ਕਿ ਜਦੋਂ ਮੈਂ ਇੰਡੀਆ ਸੀ ਤਾਂ ਮੈਂ ਸ਼ਹੀਦਗੰਜ ਸਾਹਿਬ ਪੰਜਾਬ 'ਚ ਜਾ ਕੇ ਇੱਕ ਚਪਹਿਰਾ ਸਾਹਿਬ ਕੱਟਿਆ ਸੀ, ਪਰ ਮੈਂ ਜਦੋਂ ਵੀ ਵਿਜ਼ਿਟ ਕਰਾਂ ਮੈਂ ਉੱਥੇ ਚਪਹਿਰਾ ਸਾਹਿਬ ਜ਼ਰੂਰ ਕੱਟ ਕੇ ਆਉਂਦੀ ਹਾਂ। ਪਰ ਮੈਂ ਮਹਾਰਾਜ ਦੇ ਅੱਗੇ ਇਹ ਅਰਦਾਸ ਕੀਤੀ ਸੀ ਕਿ ਮੈਂ ਕੈਨੇਡਾ ਵੈਨਕੂਵਰ 'ਚ ਰਹਿ ਰਹੀ ਹੈਗੀ ਹਾਂ ਮਹਾਰਾਜ, ਰਿਚਮੰਡ ਦੇ ਵਿੱਚ, ਅਤੇ ਮੈਂ ਚਪਹਿਰਾ ਸਾਹਿਬ ਉੱਥੇ ਹੀ ਕੱਟਾਂਗੀ। ਅਤੇ ਮਹਾਰਾਜ ਇਹ ਮੇਰੇ ਚਪਹਿਰਾ ਸਾਹਿਬ ਤੁਸੀਂ ਆਪਣੇ ਸੱਚਖੰਡ ਸ਼ਹੀਦਗੰਜ ਸਾਹਿਬ ਵਿੱਚ ਪ੍ਰਵਾਨ ਕਰਨਾ। ਇਹ ਮੈਂ ਹਮੇਸ਼ਾ ਜਦੋਂ ਚਪਹਿਰਾ ਸਾਹਿਬ ਕੰਪਲੀਟ ਕਰਦੀ ਹਾਂ ਅਤੇ ਅਰਦਾਸ ਦੇ ਵਿੱਚ ਮੈਂ ਇਹੀ ਕਹਿੰਦੀ ਹੁੰਦੀ ਕਿ ਮਹਾਰਾਜ ਜਿਹੜਾ ਚਪਹਿਰਾ ਸਾਹਿਬ ਕੱਟਿਆ ਹੈਗਾ, ਮੈਂ ਜਿਹੜੀ ਬਾਣੀ ਪੜ੍ਹੀ ਹੈਗੀ ਆ ਅਤੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਅਤੇ ਇਹ ਚਪਹਿਰਾ ਸਾਹਿਬ ਜਿਹੜਾ ਮੈਂ ਕੱਟਿਆ ਸੱਚਖੰਡ ਸ਼ਹੀਦਗੰਜ ਸਾਹਿਬ ਵਿੱਚ ਪ੍ਰਵਾਨ ਕਰਨਾ। ਸੋ ਜਿੱਥੇ ਵੀ ਤੁਸੀਂ ਬੈਠ ਕੇ ਰੱਬ ਦਾ ਨਾਂ ਲੈਂਦੇ ਹੈਗੇ ਆ, ਜਦੋਂ ਤੁਸੀਂ ਅਰਦਾਸ ਕਰਦੇ ਆ ਤੇ ਉਹ ਤੁਹਾਡੀ ਅਰਦਾਸ ਪ੍ਰਵਾਨ ਕੀਤੀ ਜਾਂਦੀ ਹੈਗੀ ਆ। ਜੋ ਵੀ ਤੁਸੀਂ ਅਰਦਾਸ 'ਚ ਮਹਾਰਾਜ ਨੂੰ ਕਹਿੰਦੇ ਹੈਗੇ ਆ, ਜੋ ਵੀ ਮਹਾਰਾਜ ਕੋਲੋਂ ਤੁਸੀਂ ਅਰਦਾਸ ਦੇ ਵਿੱਚ ਆਪਣੀ ਨਾਮ ਜਪਾਉਣਾ, ਮਹਾਰਾਜ ਨੂੰ ਕਹੋ ਵੀ ਮਹਾਰਾਜ ਮੈਂ ਮੇਰੇ ਤੋਂ ਨਾਮ ਜਪਾਓ, ਹੈ ਨਾ, ਜੋ ਵੀ ਤੁਸੀਂ ਮੰਗਦੇ ਆ ਮਹਾਰਾਜ ਤੁਹਾਡੀਆਂ ਅਰਦਾਸਾਂ ਪੂਰੀਆਂ ਕਰਦੇ ਆ। ਸੈਕਿੰਡ ਇਹ ਹੈਗਾ ਕਿ ਜੋਤ ਦੇਸੀ ਘਿਓ ਦੀ ਲਗਾਉਣੀ ਜ਼ਰੂਰੀ ਆ ਸ਼ਹੀਦਾਂ ਦੀ। ਮੈਂ ਸ਼ਹੀਦਾਂ ਦੀ ਜੋਤ ਤੋਂ ਮੇਰੀ ਸ਼ੁਰੂਆਤ ਹੋਈ, ਮੈਂ ਤੁਹਾਨੂੰ ਆਪਣੀ ਸਟੋਰੀ ਦੱਸ ਚੁੱਕੀ ਹੈਗੀ ਹਾਂ। ਸੋ ਮੈਂ ਸ਼ਹੀਦਾਂ ਦੀ ਜੋਤ ਲਗਾਉਣੀ ਹੈਗੀ ਹਾਂ ਐਵਰੀ ਡੇ। ਅਖੰਡ ਜੋਤ ਮੈਂ ਨਹੀਂ ਲਗਾਉਂਦੀ, ਦੋ ਤਰ੍ਹਾਂ ਦੀ ਜੋਤ ਹੁੰਦੀ ਆ, ਇੱਕ ਅਖੰਡ ਜੋਤ ਹੁੰਦੀ ਆ। ਅਖੰਡ ਜੋਤ ਲਈ ਫਿਰ ਤੁਹਾਡੇ ਘਰ 'ਚ ਇੱਕ ਮੈਂਬਰ ਰਹਿਣਾ ਚਾਹੀਦਾ ਹੈਗਾ। ਮੋਸਟਲੀ ਅਖੰਡ ਜੋਤ ਗੁਰਦੁਆਰਿਆਂ 'ਚ ਹੀ ਲਗਾਈ ਜਾਂਦੀ ਕਿਉਂਕਿ ਉੱਥੇ ਸੇਵਕ ਬਹੁਤ ਹੁੰਦੇ ਆ ਸੇਵਾ ਕਰਨ ਵਾਸਤੇ, ਦੇਖਭਾਲ ਵਾਸਤੇ। ਸੋ ਮੈਂ ਕਿਰਤ ਵੀ ਕਰਦੀ ਹਾਂ, 8-10 ਘੰਟੇ ਕੰਮ ਵੀ ਕਰਦੀ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵੀ ਸੇਵਾ ਕਰਦੀ ਹਾਂ, ਪ੍ਰਕਾਸ਼ ਵੀ ਕਰਨਾ ਹੁੰਦਾ, ਸੁਖਾਸਨ ਵੀ ਕਰਨਾ ਹੁੰਦਾ। ਸੋ ਮੈਂ ਅਖੰਡ ਜੋਤ ਨਹੀਂ ਜਗਾਉਂਦੀ। ਮੈਂ ਮੋਰਨਿੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦਾਂ ਦੀ ਅੰਮ੍ਰਿਤ ਵੇਲੇ ਜੋਤ ਜਗਾਉਂਦੀ ਹੁੰਦੀ ਹਾਂ। ਸੋ ਮੈਂ ਪਿਛਲੇ 8 ਸਾਲ ਤੋਂ ਜੋਤ ਜਗਾਉਂਦੀ ਹਾਂ। ਸੋ ਜੋਤ ਦੇ ਨਾਲ ਕਿਰਪਾ ਜਿਹੜੀ ਆ ਉਹ ਤੁਹਾਡੀ ਡਬਲ ਟ੍ਰਿਪਲ ਹੋ ਜਾਂਦੀ ਕਿਉਂਕਿ ਸ਼ਹੀਦਾਂ ਨੂੰ ਜੋਤ ਲੱਗਦੀ ਹੈਗੀ ਆ। ਪਰ ਕਈਆਂ ਦਾ ਇਹ ਸਵਾਲ ਸੀ ਕਿ ਸਾਡੇ ਘਰ ਮੀਟ ਆਂਡਾ ਬਣਦਾ ਆ, ਉੱਦਾਂ ਦਾ ਮਾਹੌਲ ਨਹੀਂ ਕਿ ਅਸੀਂ ਸ਼ਹੀਦਾਂ ਦੀ ਜੋਤ ਜਗਾਈਏ ਕਿ ਕਿਤੇ ਸਾਡੇ ਨਾਲ ਕੁਛ ਬੁਰਾ ਨਾ ਹੋ ਜੇ। ਉਹ ਵੀ ਆਪਣੀ ਜਗ੍ਹਾ ਰਾਈਟ ਹੈਗੀ, ਸੰਗਤ ਵੀ। ਪਰ ਮੈਂ ਇਹ ਵੀ ਸੰਗਤ ਜੀ ਤੁਹਾਨੂੰ ਦੱਸਦਾ ਕਿ ਤੁਹਾਡੇ ਘਰ ਮੀਟ ਚੱਲਣ, ਆਂਡੇ ਚੱਲਣ, ਸ਼ਰਾਬ ਚੱਲਣ, ਭਾਵੇਂ ਘਿਓ ਦੇ ਪੀਪੇ ਡੁੱਲਣ, ਜੋ ਮਰਜ਼ੀ ਹੋਵੇ, ਤੁਸੀਂ ਜੇ ਸੱਚੇ ਮਨ ਨਾਲ ਸ਼ਹੀਦਾਂ ਦੀ ਜੋਤ ਜਗਾਉਂਦੇ ਆ, ਬਾਣੀ ਪੜ੍ਹਦੇ ਆ, ਅਤੇ ਜੇ ਤੁਹਾਡੇ ਕੋਲ ਕਿਸੇ ਵਜ੍ਹਾ ਨਾਲ ਮਹਾਰਾਜ ਦੀ ਕੋਈ ਕੰਮ ਨਹੀਂ ਹੋ ਸਕਦਾ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ, ਅਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰ ਦਿਉ। ਕਈਆਂ ਦੀਆਂ ਕਈ ਪ੍ਰੋਬਲਮ ਹੁੰਦੀਆਂ, ਸ਼ੇਅਰਿੰਗ 'ਚ ਰਹਿੰਦੇ ਆ ਸਟੂਡੈਂਟ, ਕਈਆਂ ਦਾ ਘਰ ਦਾ ਮਾਹੌਲ ਅਲੱਗ ਹੁੰਦਾ ਹੈਗਾ ਆ। ਸੋ ਤੁਸੀਂ ਮਹਾਰਾਜ ਅੱਗੇ ਅਰਦਾਸ ਕਰ ਦੇਣੀ ਹੈਗੀ। ਪਰ ਮੈਂ ਇਹ ਦੋਨੋਂ ਕੰਮ ਟੁਗੈਦਰ ਕਰਦੀ ਹਾਂ, ਸ਼ਹੀਦਾਂ ਦੀ ਜੋਤ ਵੀ ਜਗਾਉਂਦੀ ਹਾਂ, ਮਹਾਰਾਜ ਦਾ ਚਪਹਿਰਾ ਸਾਹਿਬ ਵੀ ਕੱਟਦੀ ਹਾਂ, ਅਤੇ ਮਹਾਰਾਜ ਦੀ ਸੇਵਾ ਵੀ ਕਰਦੀ ਹੈਗੀ। ਸੋ ਮੇਰਾ ਆਲ ਟੁਗੈਦਰ ਸਾਰਾ ਹੈਗਾ। ਪਰ ਤੁਸੀਂ ਜਿੰਨਾ ਕੁ ਵੀ ਕਰ ਸਕਦੇ ਉਨਾ ਕੁ ਤਾਂ ਕਰੋ ਨਾ। ਪਰ ਮੈਂ ਇਹ ਦੱਸਦਾ, ਚਾਹੇ ਤੁਹਾਡੇ ਘਰ ਜੋ ਮਰਜ਼ੀ ਹੁੰਦਾ ਹੋਵੇ, ਤੁਸੀਂ ਆਪਣੀ ਜੋਤ ਵੀ ਜਗਾਓ, ਬਾਣੀ ਵੀ ਪੜ੍ਹੋ, ਗੁਰੂ ਸਾਹਿਬ ਬਾਕੀ ਆਪੇ ਸੰਭਾਲ ਲੈਣਗੇ। ਮੈਂ ਇਹ ਵੀ ਘਰ ਇੱਦਾਂ ਦੇ ਦੇਖੇ ਜਿਨ੍ਹਾਂ ਦੇ ਘਰ ਇੰਨੇ ਨਸ਼ੇ ਸ਼ਰਾਬਾਂ ਚੱਲਦੀਆਂ ਸੀਗੀਆਂ, ਅਤੇ ਮਹਾਰਾਜ ਦੀ ਜੋਤ ਜਗਾਉਂਦੇ ਸੀ, ਚਪਹਿਰਾ ਸਾਹਿਬ ਕੱਟਦੇ ਸੀ, ਉਹਨਾਂ ਦੇ ਘਰੋਂ ਇਹ ਸਾਰਾ ਕੁਛ ਜਾਂਦਾ ਲੱਗਾ ਹੈਗਾ। ਤੁਸੀਂ ਆਪ ਦੇ ਕਰਮ ਸਹੀ ਕਰਨੇ ਹੈਗੇ ਆ, ਤੁਸੀਂ ਆਪਣੇ ਉੱਤੇ ਫੋਕਸ ਕਰਨਾ ਆ, ਨਾਲ ਅਰਦਾਸ ਕਰੀ ਜਾਣੀ ਹੈਗੀ ਆ। ਜਦੋਂ ਤੁਸੀਂ ਅਰਦਾਸ ਪਰਿਵਾਰ ਲਈ ਕਰਦੇ ਆ ਤਾਂ ਤੁਸੀਂ ਆਪ ਦੇ ਲਈ ਵੀ ਅਰਦਾਸ ਜ਼ਰੂਰ ਕਰਨੀ ਹੈਗੀ ਆ। ਨਾਮ ਦੀ ਕਿਰਪਾ ਰਵੇ, ਚੜ੍ਹਦੀ ਕਲਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।